ਬੇਸ਼ੱਕ ਅੱਜ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਗੈਂਗਸਟਰਾਂ ਵਿੱਚ ਖੋਹ ਪੈਦਾ ਕਰਨ ਦੇ ਮਕਸਦ ਲਈ ਪਕੋਕਾ ਲਿਆਉਣ ਦੀ ਗੱਲ ਕਰ ਰਹੇ ਹਨ ਤਾਂ ਕਿ ਗੈਂਗਸਟਰਾਂ ਅਤੇ ਉਹਨਾਂ ਦੀਆਂ ਗਤੀਆਂ ਵਿਧੀਆਂ 'ਤੇ ਲਗਾਮ ਲਾਈ ਜਾ ਸਕੇ। ਪਰ ਗੈਂਗਸਟਰ ਅੱਜ ਵੀ ਬਿਨਾਂ ਖੌਫ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਫਰੀਦਕੋਟ ਦਾ, ਜਿੱਥੇ ਦੀ ਮਾਡਰਨ ਜੇਲ੍ਹ ਵਿੱਚ ਬੰਦ ਗੈਂਗਸਟਰ ਰਹਿ ਚੁੱਕਿਆ ਲੱਖਾ ਸਡਾਣਾ ਨੇ ਜੇਲ੍ਹ ਦੇ ਅੰਦਰ ਆਪਣੇ ਫੇਸਬੁੱਕ 'ਤੇ ਲਾਈਵ ਹੋ ਕੇ ਤਮਾਮ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜੇਲ੍ਹ ਦੇ ਅੰਦਰੋਂ ਗੈਂਗਸਟਰ ਫੇਸਬੁੱਕ 'ਤੇ ਲਾਈਵ ਹੁੰਦਾ ਰਿਹਾ ਅਤੇ ਜੇਲ੍ਹ ਪ੍ਰਸ਼ਾਸਨ ਬੇਖਬਰ ਹੋ ਕੇ ਕੁੰਭਕਰਨੀ ਨੀਂਦ ਸੁੱਤਾ ਰਿਹਾ। ਜਦੋਂ ਲੱਖੇ ਦੇ ਫੇਸਬੁੱਕ ਲਾਈਵ ਹੋਣ ਦੀ ਖਬਰ ਫੈਲੀ ਤਾਂ ਜੇਲ੍ਹ ਪ੍ਰਸ਼ਾਸਨ ਦੀ ਨੀਂਦ ਵੀ ਖੁੱਲ੍ਹੀ ਅਤੇ ਜੇਲ੍ਹ ਵਿੱਚ ਰੇਡ ਮਾਰੀ ਗਈ। ਰੇਡ ਦੇ ਦੌਰਾਨ ਪੁਲਿਸ ਨੇ ਜੇਲ੍ਹ ਦੇ ਅੰਦਰ 2 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਗੈਂਗਸਟਰ ਲੱਖਾ ਸਿਧਾਨਾ ਸਮੇਤ 7 ਆਦਮੀਆਂ ਉੱਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਜੇਲ੍ਹ ਜਿਹੜੀ ਫਰੀਦਕੋਟ ਆ, ਉਹਨਾਂ ਦੇ ਸੁਪਰਡੈਂਟ ਵੱਲੋਂ ਜਿਹੜੀ ਉਹਨਾਂ ਦੀ ਰੂਟੀਨ ਚੈਕਿੰਗ ਆ ਉਹ ਕੀਤੀ ਗਈ ਸੀਗੀ, ਜਿਹਦੇ ਵਿੱਚ ਰੂਟੀਨ ਚੈਕਿੰਗ ਦੇ ਵਿੱਚ ਜਿਹੜੇ ਆ 2 ਮੋਬਾਈਲ ਬਰਾਮਦ ਹੋਏ ਉਹਨਾਂ ਨੂੰ, ਜਿਸ ਦੇ ਸੰਬੰਧ ਵਿੱਚ ਉਹਨਾਂ ਨੇ ਸਾਨੂੰ ਇੱਕ ਪੱਤਰ ਲਿਖ ਕੇ ਜਿਹੜਾ ਕਾਰਵਾਈ ਬਾਰੇ ਲਿਖਿਆ ਸੀਗਾ, ਜਿਹਦੇ ਸੰਬੰਧ ਵਿੱਚ ਅਸੀਂ ਰਾਤ ਜਿਹੜਾ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂਗੇ। ਮੁਕੱਦਮਾ ਦਰਜ ਕਰ ਦਿੱਤਾ ਗਿਆ, ਜਿਹੜੇ ਉਸ ਬੈਰਕ 'ਚ ਜਿੱਥੋਂ ਮੋਬਾਈਲ ਮਿਲੇ ਆ ਗਏ, 7 ਜਿਹੜੇ ਕੈਦੀ ਅਤੇ ਹਵਾਲਾਤੀ ਰਹਿੰਦੇ ਆ, 7 ਬੰਦਿਆਂ ਦੇ ਬਾਏ ਨੇਮ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕਰਕੇ ਕਾਰਵਾਈ ਸਟਾਰਟ ਕਰ ਦਿੱਤੀ। ਸਰ, ਇੱਕ ਵੀਡੀਓ ਵੀ ਵਾਇਰਲ ਹੋਈ ਅੱਜ ਕੱਲ੍ਹ ਦੇ ਲੱਖਾ ਸੁਧਾਮਾ ਦੀ, ਕੀ ਉਸੇ ਨੂੰ ਲੈ ਕੇ ਰੇਡ ਮਾਰੀ ਗਈ? ਨਹੀਂ, ਇਹਦੇ ਸੰਬੰਧ ਵਿੱਚ ਜਿਹੜੀ ਵੀਡੀਓ ਬਾਰੇ ਨਹੀਂ ਮੈਨੂੰ ਪਤਾ ਗਾ, ਨਾ ਹੀ ਮੈਂ ਵੀਡੀਓ ਦੇਖੀ ਹੈਗੀ। ਜਿਹੜਾ ਸਾਨੂੰ ਇੱਕ ਪੱਤਰ ਮਸੂਲ ਹੋਇਆ ਸੀਗਾ ਸੁਪਰਡੈਂਟ ਨੂੰ ਮੋਬਾਈਲ ਬੈਲ ਸੰਬੰਧੀ, ਉਹਨਾਂ ਦੀ ਬੈਰਕ 'ਚੋਂ ਹੀ ਮਿਲੇ ਆ। ਜਿਹੜਾ ਲਖਵੀਰ ਸਿੰਘ ਇਲੀਅਸ ਲੱਖਾ ਕਿਸਾਨ ਅਮੋਦਨ ਸਿੰਘ, ਉਹਦੇ ਜਿਹੜਾ ਬਾਏ ਨੇਮ ਉਹਦੇ ਖਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ। ਫਰੀਦਕੋਟ ਤੋਂ ਜਾਗਰਤੀ ਲਹਿਰ ਦੇ ਲਈ ਗੁਰਜੀਤ ਰੋਮਾਨਾ ਦੀ ਰਿਪੋਰਟ।